ਭਾਰਤ ਦੇ ਮਤਨਾਜ਼ੇ ਕਿਸ਼ਨ ਗੰਗਾ ਡੈਮ ਦਾ ਮਾਮਲਾ ਆਲਮੀ ਬੈਂਕ ਦੇ ਸਦਰ ਨਾਲ ਮਿਲਣ ਪਾਕਿਸਤਾਨੀ ਵਫਦ ਅੱਜ ਵਾਸ਼ਿੰਗਟਨ ਪੁੱਜ ਸੀ। ਉਸ਼ਤਰ ਔਸਾਫ ਦੀ ਸਰਬਰਾਹੀ ਵਿੱਚ ਵਫਦ ਪਾਕਿਸਤਾਨ ਦੇ ਤਹਾਫ਼ੁਜ਼ਾਤ ਬਾਰੇ ਆਗਾਹ ਕਰੇ ਸੀ। ਆਸਿਫ ਜ਼ਰਦਾਰੀ ਦੀ ਸਦਾਰਤ ਵਿੱਚ ਪੀਪਲਸ ਪਾਰਟੀ ਦਾ ਅਹਿਮ ਇਜਲਾਸ ਅੱਜ ਥੀ ਸੀ। ਨਿਗਰਾਂ ਹਕੂਮਤਾਂ ਦੇ ਕਿਆਮ, ਆਇੰਦਾ ਇੰਤਖਾਬੀ ਹਕਮਤੇ ਅਮਲੀ ਸਮੇਤ ਸਿਆਸੀ ਸੂਰਤਹਾਲ ਤੇ ਗੌਰ ਕੀਤਾ ਗਿਆ ਸੀ। ਮੁਲਕੀ ਤਰੱਕੀ ਕੀਤੇ ਤਾਲੀਮ ਦਾ ਫਰੋਗ ਜ਼ਰੂਰੀ ਏ, ਵਕਤ ਆ ਗਏ ਨਿਸਾਬ ਵਿੱਚ ਤਬਦੀਲੀ ਕੀਤੀ ਵੰਜੇ। ਵਜ਼ੀਰ ਆਜ਼ਮ ਸ਼ਾਹਿਦ ਖਾਕਾਨ ਅਬਾਸੀ ਸੂਬਿਆਂ ਦੇ ਨਾਲ ਰਲ ਤੇ ਤਾਲੀਮੀ ਮਿਆਰ ਤੇ ਨਿਸਾਬ ਕੋ ਜਦੀਦ ਤਕਾਜ਼ਿਆਂ ਦੇ ਮੁਤਾਬਿਕ ਬਣੇ ਦੇ ਪਿਓ। ਇਸਲਾਮਾਬਾਦ ਵਿੱਚ ਤਕਰੀਬ ਤੋਂ ਖਿਤਾਬ। ਸਰਗੋਧਾ ਵਿੱਚ ਫੈਸਲਾਬਾਦ ਰੋਡ ਤੇ ਡੰਪਰ ਦੀ ਰਿਕਸ਼ੇ ਕੋ ਟੱਕਰ, ਹਾਦਸੇ 9 ਬੰਦੇ ਜਾਂ ਵਾਹਕ ਤੇ 3 ਜ਼ਖਮੀ ਥੀ ਗਏ। ਲਾਹੌਰ ਵਿੱਚ ਵੀ ਟਰੱਕ ਰਿਕਸ਼ੇ ਕੋ ਟੱਕਰ ਮਾਰ ਦਿੱਤੀ, 2 ਬੰਦੇ ਜਾਂ ਵਾਹਕ 7 ਜ਼ਖਮੀ ਥੀ ਗਏ। ਕੋਇਟਾ ਗ੍ਰਿਫਤਾਰ ਦਹਿਸ਼ਤਗਰਦਾਂ ਦੀ ਨਿਸ਼ਾਨਦੇਹੀ ਤੇ ਸੀਟੀਡੀ ਦੀ ਮੁਸ਼ਤਰਕਾ ਕਾਰਵਾਈ, ਅਸਲਿਹਾ, ਗੋਲਾ ਬਾਰੂਦ ਤੇ ਖੁਦਕੁਸ਼ ਜੈਕਟਸ ਬਰਾਮਦ। ਹੁਰੀਅਤ ਲੀਡਰ ਮੀਰ ਵਾਈਸ, ਮੌਲਵੀ ਮੁਹੰਮਦ ਫਾਰੂਕ ਤੇ ਖਾਜਾ ਅਬਦੁਲ ਗਨੀ ਲੋਨ ਦੀ ਬਰਸੀ ਅੱਜ ਮਨਾਈ ਵੇਂਦੀ ਪਈ ਏ। ਬਾਹਤੀ ਵਿੱਚ ਹੜਤਾਲ, ਕਾਰੋਬਾਰੀ ਮਰਾਕਜ਼ ਬੰਦ, ਭਾਰਤੀ ਫੋਰਸਿਸ ਬਾਅਦ ਵਿੱਚ ਕਰਫਿਊ ਲਾ ਦਿੱਤਾ, ਕਈ ਹੁਰੀਅਤ ਰਹਿਨੁਮਾ ਨਜ਼ਰਬੰਦ।